أعوذ بالله من الشيطان الرجيم. بسم الله الرحمن الرحيم. الف لام میم را اے نے گلاں کتاب دیاں تے جو اتریا تیرے وال تیرے رب دی طرفوں سچ اے تے بہتے لوگ نہیں ماندے. اللہ او اے جن اچے بنایا آسمان بغیر تھما دے. تسی ویکھدے نہیں ہو انہاں نوں؟ پھر چڑھیا تخت اتے تے کم لایا سو سورج تے چن نوں. ਹਰ ਇੱਕ ਤੁਰਦਾ ਹੈ ਇੱਕ ਠਹਿਰਾਈ ਹੋਈ ਮੁੱਦਤ ਤੱਕ. ਅੱਲਾ ਹੀ ਦੀ ਤਦਬੀਰ ਕਰਦਾ ਹੈ ਤੇ ਜੁਦਾ ਜੁਦਾ ਬਿਆਨ ਕਰਦਾ ਹੈ ਪਤੇ. ਸ਼ਾਇਦ ਤੁਸੀਂ ਆਪਣੇ ਰੱਬ ਨੂੰ ਮਿਲਣ ਦਾ ਯਕੀਨ ਕਰੋ. ਉਹ ਹੀ ਹੈ ਜਿਸ ਵਿਛਾਈ ਜ਼ਮੀਨ ਤੇ ਬਣਾਏ ਉਸ ਵਿੱਚ ਪਹਾੜ ਤੇ ਨਦੀਆਂ ਤੇ ਹਰ ਜਿਨਸ ਦੇ ਫਲਾਂ ਦਾ ਬਣਾਇਆ ਉਸ ਵਿੱਚ ਜੋੜਾ ਦੋਹਰਾ. ਉਹ ਢਕਦਾ ਹੈ ਰਾਤ ਨੂੰ ਦਿਨ ਨਾਲ. ਜ਼ਰੂਰ ਇਸ ਵਿੱਚ ਪਤੇ ਨੇ ਵਾਸਤੇ ਲੋਕਾਂ ਦੇ ਜਿਹੜੇ ਸੋਚਦੇ ਨੇ. ਤੇ ਜ਼ਮੀਨ ਵਿੱਚ ਚੱਕ ਨੇ ਨਾਲੋ ਨਾਲ ਤੇ ਬਾਗ ਨੇ ਅੰਗੂਰ ਦੇ ਤੇ ਪੈਰੀ ਏ ਤੇ ਖਜੂਰਾਂ ਨੇ ਜੜ੍ਹੋਂ ਇੱਕੋ ਤੇ ਜੜ੍ਹੋਂ ਇੱਕੋ ਨਾ ਵੀ ਮਿਲਦਾ ਨੇ ਪਾਣੀ ਇੱਕੋ ਤੇ ਵਧਾ ਦਿੰਦੇ ਹਾਂ ਮਜ਼ੇ ਵਿੱਚ ਅਸੀਂ ਇਕਨਾਂ ਨੂੰ ਇਕਨਾਂ ਨਾਲੋਂ. ਜ਼ਰੂਰ ਇਸ ਵਿੱਚ ਨੇ ਪਤੇ ਵਾਸਤੇ ਲੋਕਾਂ ਦੇ ਜਿਹੜੇ ਅਕਲ ਕਰਦੇ ਨੇ. ਤੇ ਜੇ ਤੂੰ ਅਚਰਜ ਜਾਣੇ ਤਾਂ ਅਚਰਜ ਏ ਆਖਣਾ ਉਹਨਾਂ ਦਾ ਭਲਾ ਜਦ ਹੋ ਜਾਵਾਂਗੇ ਅਸੀਂ ਖਾਕ ਭਲਾ ਅਸੀਂ ਜ਼ਰੂਰ ਨਵੇਂ ਸਿਰੇ ਪੈਦਾ ਕੀਤੇ ਜਾਵਾਂਗੇ. ਉਹ ਨੇ ਜਿਹੜੇ ਫਿਰ ਗਏ ਨੇ ਆਪਣੇ ਰੱਬ ਤੋਂ ਤੇ ਉਹ ਨੇ ਜਿਨ੍ਹਾਂ ਦੇ ਗਲਾਂ ਵਿੱਚ ਤੌਕ ਨੇ ਤੇ ਉਹ ਨੇ ਰਹਿਣ ਵਾਲੇ ਅੱਗ ਦੇ ਉਹਨਾਂ ਉੱਥੇ ਸਦਾ ਰਹਿਣਾ ਹੈ. ਤੇ ਛੇਤੀ ਮੰਗਦੇ ਨੇ ਤੇ ਇੱਥੋਂ ਬੁਰਿਆਈ ਪਹਿਲੇ ਭਲਿਆਈ ਦੇ ਤੇ ਗੁਜ਼ਰ ਚੁੱਕੇ ਨੇ ਅੱਗੇ ਇਹਨਾਂ ਦੇ ਇਬਰਤਾਂ ਵਾਲੇ ਵਾਕਏ. ਜ਼ਰੂਰ ਤੇਰਾ ਰੱਬ ਬਖਸ਼ਣਹਾਰ ਹੈ ਲੋਕਾਂ ਨੂੰ ਸਮੇਤ ਉਹਨਾਂ ਦੇ ਜ਼ਾਲਿਮ ਹੋਣੇ ਦੇ ਤੇ ਜ਼ਰੂਰ ਤੇਰਾ ਰੱਬ ਸਖ਼ਤ ਮਾਰ ਵਾਲਾ ਵੀ ਹੈ. ਆਖਦੇ ਨੇ ਜਿਹੜੇ ਬੇਈਮਾਨ ਹੋਏ ਨੇ ਕਿਉਂ ਨਾ ਉਤਰੀ ਇਸ ਉੱਤੇ ਕੋਈ ਨਿਸ਼ਾਨੀ ਉਹਦੇ ਰੱਬ ਵੱਲੋਂ. ਤੂੰ ਤੇ ਨਿਰਾ ਡਰਾਉਣ ਵਾਲਾ ਹੈ ਤੇ ਹਰ ਕੌਮ ਲਈ ਇੱਕ ਰਾਹ ਦੱਸਣ ਵਾਲਾ ਹੈ. ਅੱਲਾ ਜਾਣਦਾ ਜੋ ਪੇਟ ਵਿੱਚ ਰੱਖਦੀ ਹੈ ਹਰ ਮਾਦੀ ਤੇ ਜੋ ਘਟਾਉਂਦੇ ਨੇ ਪੇਟ ਤੇ ਜੋ ਵਧਾਉਂਦੇ ਨੇ ਤੇ ਹਰ ਚੀਜ਼ ਉਸ ਕੋਲ ਹੈ ਅੰਦਾਜ਼ੇ ਨਾਲ. ਉਹ ਜਾਣਨ ਵਾਲਾ ਛੁਪੇ ਤੇ ਜ਼ਾਹਿਰ ਦਾ ਹੈ ਬੜਾ ਉੱਚਾ. ਕਾਬਲ ਹੈ ਤੁਸਾਂ ਵਿੱਚੋਂ ਜਿਹੜਾ ਹੌਲੀ ਆਖੇ ਗੱਲ ਤੇ ਜਿਹੜਾ ਉੱਚੀ ਆਖੇ ਤੇ ਉਹ ਜਿਹੜਾ ਛੁਪਦਾ ਹੈ ਰਾਤ ਵਿੱਚ ਤੇ ਜ਼ਾਹਿਰ ਫਿਰਦਾ ਹੈ ਦਿਨ ਵਿੱਚ. ਉਸ ਲਈ ਰਾਖੇ ਨੇ ਮੁਕਰਰ ਯਾਨੀ ਫਰਿਸ਼ਤੇ ਉਹਦੇ ਅੱਗੋਂ ਤੇ ਉਹਦੇ ਪਿੱਛੋਂ ਰਾਖੀ ਕਰਦੇ ਨੇ ਉਹਦੀ ਅੱਲਾ ਦੇ ਹੁਕਮ ਨਾਲ. ਜ਼ਰੂਰ ਅੱਲਾ ਨਹੀਂ ਬਦਲਦਾ ਜੋ ਦੁੱਖ ਸੁੱਖ ਕਿਸੇ ਕੌਮ ਨਾਲ ਹੈ ਜਦ ਤੀਕ ਖੁਦ ਨਾ ਬਦਲਣ ਜੋ ਨੀਅਤ ਉਹਨਾਂ ਦੇ ਜੀਆਂ ਵਿੱਚ ਹੈ. ਤੇ ਜਦ ਇਰਾਦਾ ਕਰੇ ਅੱਲਾ ਕਿਸੇ ਕੌਮ ਨੂੰ ਦੁੱਖ ਦੇਣ ਦਾ ਤਾਂ ਨਹੀਂ ਕਿਸੇ ਤਰ੍ਹਾਂ ਮੁੜਨਾ ਉਸ ਲਈ ਤੇ ਨਹੀਂ ਉਹਨਾਂ ਦਾ ਸਿਵਾ ਉਹਦੇ ਕੋਈ ਕੰਮ ਬਣਾਉਣ ਵਾਲਾ. ਹੋਈਏ ਜਿਹੜਾ ਵਿਖਾਉਂਦਾ ਹੈ ਤੁਹਾਨੂੰ ਲਿਸ਼ਕ ਬਿਜਲੀ ਦੀ ਡਰਾਉਣ ਲਈ ਤੇ ਉਮੀਦ ਵੀ ਦੇਣ ਲਈ ਤੇ ਪੈਦਾ ਕਰਦਾ ਹੈ ਬੱਦਲ ਭਾਰੇ ਲੱਦੇ ਹੋਏ ਪਾਣੀ ਨਾਲ. ਸੁਭਾਨ ਅੱਲਾ ਆਖਦਾ ਹੈ ਰਾਤ ਨਾਰ ਲਾ ਕੇ ਸੋਭਾ ਉਹਦੀ ਨਾਲੇ ਸਾਰੇ ਫਰਿਸ਼ਤੇ ਉਹਦੇ ਡਰ ਨਾਲ ਤੇ ਭੇਜਦਾ ਬਿਜਲੀਆਂ ਫਿਰ ਪਾ ਦਿੰਦਾ ਉਹਨਾਂ ਨੂੰ ਜਿਸ ਉੱਤੇ ਚਾਹੇ ਤੇ ਉਹ ਫਿਰ ਝਗੜਦੇ ਨੇ ਅੱਲਾ ਦੇ ਮੰਨਣ ਵਿੱਚ ਤੇ ਉਹਦਾ ਦਾਅ ਬੜਾ ਪੱਕਾ ਹੈ. ਅੱਲਾ ਉਸੇ ਨੂੰ ਸੱਦਣਾ ਠੀਕ ਹੈ ਤੇ ਜਿਨ੍ਹਾਂ ਨੂੰ ਸੱਦਦੇ ਨੇ ਸਵਾ ਅੱਲਾ ਦੇ ਉਹ ਨਹੀਂ ਪਹੁੰਚਦੇ ਇਹਨਾਂ ਦੇ ਸੱਦਣੇ ਨੂੰ ਕਿਸੇ ਕੰਮ ਉੱਤੇ ਵੀ. ਪਰ ਵਾਂਗੂ ਪਸਾਰਨ ਵਾਲੇ ਦੀ ਆਪਣੀਆਂ ਤਲੀਆਂ ਨੂੰ ਪਾਣੀ ਵੱਲ ਤਾਂ ਆ ਪਹੁੰਚੇ ਉਹਦੇ ਮੂੰਹ ਵਿੱਚ ਤੇ ਨਹੀਂ ਉਹ ਪਹੁੰਚਣ ਜੋਗਾ ਮੂੰਹ ਤੀਕ ਤੇ ਨਹੀਂ ਇਹ ਸੱਦਣਾ ਬੇਈਮਾਨਾਂ ਦਾ ਕਿਸੇ ਨੂੰ ਪਰ ਉਗੜ ਜਾਂਦਾ. ਅੱਲਾ ਹੀ ਨੂੰ ਸਜਦਾ ਕਰਦਾ ਹੈ ਜਿਹੜਾ ਆਸਮਾਨਾਂ ਤੇ ਜ਼ਮੀਨ ਵਿੱਚ ਖੁਸ਼ੀ ਤੇ ਨਾ ਖੁਸ਼ੀ ਨਾਲ ਨਾਲੇ ਛਾਵਾਂ ਹਰ ਚੀਜ਼ ਦੀਆਂ ਵੀ ਝੁਕਦੀਆਂ ਨੇ ਉਹਦੇ ਅੱਗੇ ਸਵੇਰੇ ਤੇ ਤੀਸਰੇ ਪੈਰ. ਹਬੀਬ ਪੁੱਛੋ ਨੇ ਕੌਣ ਹੈ ਪਾਲਣਹਾਰ ਆਸਮਾਨਾਂ ਤੇ ਜ਼ਮੀਨ ਦਾ? ਆਖੋ ਅੱਲਾ ਹੈ. ਫਿਰ ਤੁਸੀਂ ਆਖੋ ਕਿਉਂ ਫਿਰ ਪਗੜੇ ਜੇ ਸਵਾਹ ਉਹਦੇ ਹਮਾਇਤੀ
ਜਿਨ੍ਹਾਂ ਦੇ ਇਖਤਿਆਰ ਨਹੀਂ ਆਪਣੀਆਂ ਜਾਨਾਂ ਦਾ ਵੀ, ਨਫ਼ਾ ਤੇ ਨਾ ਨੁਕਸਾਨ। ਤੁਸੀਂ ਆਖੋ ਭਲਾ ਬਰਾਬਰ ਹੁੰਦਾ ਹੈ ਅੰਨਾ ਤੇ ਸੁਜਾਖਾ, ਜਾਂ ਭਲਾ ਬਰਾਬਰ ਹੁੰਦੇ ਨੇ ਹਨੇਰੇ ਤੇ ਚਾਨਣ, ਜਾਂ ਇਹਨਾਂ ਨੇ ਠਹਿਰਾਏ ਨੇ ਅੱਲਾ ਦੇ ਸ਼ਰੀਕ, ਜਿੰਨਾ ਪੈਦਾ ਕੀਤਾ ਹੋਵੇ ਅੱਲਾ ਦੇ ਪੈਦਾ ਕਰਨ ਗਿਆ। ਜੇ ਰਲ ਗਿਆ ਤਖਲੀਕ ਦਾ ਮਾਮਲਾ ਇਹਨਾਂ ਦੀ ਨਜ਼ਰ ਅੱਗੇ, ਤੇ ਆਖੋ ਅੱਲਾ ਪੈਦਾ ਕਰਨ ਵਾਲਾ ਹਰ ਚੀਜ਼ ਦਾ, ਤੇ ਉਹ ਹੋਏ ਯਕਤਾ ਜ਼ਬਰਦਸਤ। ਉਤਾਰਿਆ ਸੁ ਪਾਣੀ ਅਸਮਾਨੋਂ, ਫਿਰ ਵੱਗੇ ਨਦੀਆਂ ਨਾਲੇ ਆਪਣੇ ਕਦਰ ਸਿਰ, ਫਿਰ ਚੁੱਕੀ ਹੜ ਨੇ ਝੱਗ ਉਭਰੀ ਹੋਈ, ਤੇ ਜਿਸ ਉੱਤੇ ਧੌਂਕਦੇ ਨੇ ਅੱਗ ਵਿੱਚ ਪਾ ਕੇ ਗਹਿਣੇ ਦੀ ਲੋੜ ਲਈ ਜਾਂ ਹੋਰ ਵਰਤਣ ਦੀ ਚੀਜ਼ ਬਣਾਉਣ ਲਈ, ਉਸ ਵਿੱਚ ਵੀ ਝੱਗ ਉੱਠਦੀ ਹੈ ਉਹੋ ਜਿਹੀ। ਇਸੇ ਤਰ੍ਹਾਂ ਅਖਾਣ ਦਿੰਦਾ ਹੀ ਅੱਲਾ ਸੱਚ ਤੇ ਝੂਠ ਦਾ, ਫਿਰ ਝੱਗ ਤੇ ਜਾ ਰਹਿੰਦੀ ਏ ਸੁੱਕ ਕੇ, ਤੇ ਜੋ ਚੀਜ਼ ਨਫ਼ਾ ਦਿੰਦੀ ਹੈ ਲੋਕਾਂ ਨੂੰ ਸੋ ਠਹਿਰੀ ਰਹਿੰਦੀ ਹੈ ਜ਼ਮੀਨ ਵਿੱਚ। ਇਸੇ ਤਰ੍ਹਾਂ ਬਿਆਨ ਕਰਦਾ ਅੱਲਾ ਮਿਸਾਲਾਂ ਆਪਣੀਆਂ ਗੱਲ ਸਮਝਾਉਣ ਲਈ, ਉਹਨਾਂ ਲਈ ਜਿਨ੍ਹਾਂ ਕਬੂਲ ਕੀਤਾ ਹੁਕਮ ਆਪਣੇ ਰੱਬ ਦਾ ਭਲਿਆਈ ਏ, ਤੇ ਜਿਨ੍ਹਾਂ ਨਹੀਂ ਕਬੂਲ ਕੀਤਾ ਹੁਕਮ ਉਹਦਾ, ਜੇ ਕਦੇ ਹੋਵੇ ਉਹਨਾਂ ਕੋਲ ਜੋ ਕੁਛ ਜ਼ਮੀਨ ਵਿੱਚ ਏ ਸਾਰਾ, ਤੇ ਉਤਨਾ ਹੋਰ ਵੀ ਨਾਲ ਉਹਦੇ, ਤਾਂ ਜ਼ਰੂਰ ਸਾਰਾ ਆਪਣੀ ਛੁਡਵਾਈ ਦੇ ਦੇਣ ਖੁਦਾ ਦੀ ਪਕੜ ਤੋਂ ਬਚਣ ਲਈ। ਪਰ ਉਹ ਨੇ ਜਿਨ੍ਹਾਂ ਦਾ ਦੇਖਾ ਬੁਰਾ ਹੈ, ਤੇ ਟਿਕਾਣਾ ਉਹਨਾਂ ਦਾ ਦੋਜ਼ਖ ਹੈ, ਤੇ ਕਈ ਬੁਰੀ ਜਗ੍ਹਾ ਹੈ ਠਹਿਰਨ ਦੀ। ਭਲਾ ਫਿਰ ਜਿਹੜਾ ਜਾਣਦਾ ਹੈ ਭਾਈ ਸੱਚ ਜੋ ਕੁਝ ਉਤਰਿਆ ਤੇਰੇ ਵੱਲ ਤੇਰੇ ਰੱਬ ਦੀ ਤਰਫੋਂ, ਉਹਦੇ ਵਾਂਗੂ ਨਹੀਂ ਜਿਹੜਾ ਅੰਨਾ ਹੈ, ਮਤ ਲੈਂਦੇ ਨੇ ਨੇੜੇ ਅਕਲਾਂ ਵਾਲੇ, ਜਿਹੜੇ ਪੂਰਾ ਕਰਦੇ ਨੇ ਇਕਰਾਰ ਅੱਲਾ ਦਾ ਤੇ ਨਹੀਂ ਤੋੜਦੇ ਉਸ ਨੂੰ, ਜਿਹੜੇ ਮਿਲਾਉਂਦੇ ਨੇ ਜਿਸ ਦਾ ਹੁਕਮ ਕੀਤਾ ਅੱਲਾ ਨੇ ਭਾਈ ਮਿਲਾਇਆ ਜਾਏ, ਤੇ ਡਰਦੇ ਨੇ ਆਪਣੇ ਰੱਬ ਤੋਂ, ਤੇ ਡਰਦੇ ਨੇ ਬੁਰੇ ਲੇਖਿਓ, ਤੇ ਜਿੰਨਾ ਸਬਰ ਕੀਤਾ ਆਪਣੇ ਰੱਬ ਦੀ ਰਜ਼ਾ ਹਾਸਲ ਕਰਨ ਲਈ, ਤੇ ਦਰੁਸਤ ਪੜੀ ਨਮਾਜ਼ ਤੇ ਖਰਚਿਆ ਉਸ ਵਿੱਚੋਂ ਜੋ ਦਿੱਤਾ ਅਸਾਂ ਉਹਨਾਂ ਨੂੰ, ਛੁਪਾ ਕੇ ਤੇ ਜ਼ਾਹਿਰ ਕਰਕੇ, ਤੇ ਟਾਲਦੇ ਨੇ ਨੇਕੀ ਨਾਲ ਬਦੀ ਨੂੰ, ਉਹ ਨੇ ਜਿਨ੍ਹਾਂ ਲਈ ਇਹ ਆਖਰਤ ਪਿਛਲਾ ਘਰ, ਯਾਨੀ ਬਾਗ ਨੇ ਹਮੇਸ਼ਾ ਰਹਿਣੇ ਦੇ, ਵੜਨਗੇ ਉੱਥੇ ਨਾਲੇ ਉਹ ਵੀ ਜਿਹੜਾ ਨੇਕ ਹੋਇਆ ਉਹਨਾਂ ਦੇ ਪਿਓ ਦਾਦਿਆਂ ਤੇ ਉਹਨਾਂ ਦੀਆਂ ਔਰਤਾਂ ਤੇ ਉਹਨਾਂ ਦੀ ਔਲਾਦ ਵਿੱਚੋਂ। ਤੇ ਫਰਿਸ਼ਤੇ ਆਉਣਗੇ ਜੀ ਆਇਆਂ ਨੂੰ ਆਖਦੇ ਉਹਨਾਂ ਕੋਲ ਹਰ ਦਰਵਾਜ਼ਿਓਂ, ਆਖਣਗੇ ਸਲਾਮਤੀ ਰਹੇ ਤੁਹਾਡੀ, ਬਦਲੇ ਉਸਦੇ ਜੋ ਸਬਰ ਕੀਤੋ ਜੇ, ਸੋ ਵਾਹ ਵਾਹ ਏ ਪਿਛਲਾ ਘਰ। ਤੇ ਜਿਹੜੇ ਤੋੜਦੇ ਨੇ ਕਰਾਰ ਅੱਲਾ ਦਾ ਪਿੱਛੇ ਉਹਦੇ ਪੱਕਾ ਕਰਨੇ ਦੇ, ਤੇ ਤੋੜਦੇ ਨੇ ਜਿਸਦਾ ਹੁਕਮ ਕੀਤਾ ਅੱਲਾ ਨੇ ਜੋੜਨ ਦਾ, ਤੇ ਫਸਾਦ ਪਾਉਂਦੇ ਨੇ ਮੁਲਕ ਵਿੱਚ, ਉਹ ਨੇ ਜਿਨ੍ਹਾਂ ਨੂੰ ਫਿਟਕਾਰ ਏ, ਤੇ ਜਿਨ੍ਹਾਂ ਦਾ ਬੁਰਾ ਠਿਕਾਣਾ ਹੈ ਆਖਰਤ ਵਿੱਚ। ਅੱਲਾ ਖੁੱਲ੍ਹੀ ਕਰਦਾ ਰੋਜ਼ੀ ਜਿਸ ਦੀ ਚਾਹੇ, ਤੇ ਤੰਗ ਕਰਦਾ ਜਿਸ ਦੀ ਚਾਹੇ, ਤੇ ਰੀਝ ਬੈਠੇ ਨੇ ਦੁਨੀਆਂ ਦੇ ਜਿਉਣੇ ਉੱਤੇ, ਤੇ ਨਹੀਂ ਜਿਉਣਾ ਦੁਨੀਆਂ ਦਾ ਆਖਰਤ ਦੇ ਸਾਹਮਣੇ ਪਰ ਥੋੜ੍ਹਾ ਜਿਹਾ ਅਸਬਾਬ। ਤੇ ਆਖਦੇ ਨੇ ਜਿਹੜੇ ਬੇਈਮਾਨ ਹੋਏ, ਕਿਉਂ ਨਹੀਂ ਉਤਰੀ ਇਸ ਉੱਤੇ ਕੋਈ ਨਿਸ਼ਾਨੀ ਇਸ ਦੇ ਰੱਬ ਵੱਲੋਂ? ਹਬੀਬ ਤੁਸੀਂ ਆਖੋ ਅੱਲਾ ਰਾਹ ਬੁਲਾਉਂਦਾ ਜਿਹਨੂੰ ਚਾਹੇ, ਤੇ ਰਾਹ ਪਾਉਂਦਾ ਆਪਣੇ ਵੱਲ ਉਹਨੂੰ ਜਿਹੜਾ ਮੁੜ ਆਇਆ। ਉਹਨਾਂ ਨੂੰ ਜਿਹਨਾਂ ਮੰਨਿਆ ਤੇ ਤਸੱਲੀ ਪਾਉਂਦੇ ਨੇ ਦਿਲ ਉਹਨਾਂ ਦੇ ਅੱਲਾ ਦੀ ਯਾਦ ਨਾਲ, ਸੁਣ ਰੱਖੋ ਅੱਲਾ ਦੀ ਯਾਦ ਨਾਲ ਹੀ ਤਸੱਲੀ ਪਾਉਂਦੇ ਨੇ ਦਿਲ, ਜਿਨ੍ਹਾਂ ਦਿਲਾਂ ਨੂੰ ਕੋਈ ਰੋਗ ਨਹੀਂ ਲੱਗਾ ਹੋਇਆ, ਜਿਹੜਾ ਮੰਨਿਆ ਤੇ ਕੀਤੀਆਂ ਭਲਾਈਆਂ, ਖੁਸ਼ਹਾਲ ਹੈ ਉਹਨਾਂ ਦਾ ਤੇ ਸੋਹਣਾ ਟਿਕਾਣਾ ਹੈ। ਐਸੇ ਸ਼ਾਨ ਨਾਲ ਅਸਾਂ ਭੇਜਿਆ ਹੀ ਤੈਨੂੰ ਇੱਕ ਉਮਤ ਵਿੱਚ, ਜਿਸ ਦੇ ਪਹਿਲੇ ਗੁਜ਼ਰ ਚੁੱਕੀਆਂ ਨੇ ਕਈ ਉਮਤਾਂ, ਤਾਂ ਤੂੰ ਪੜ੍ਹੇ ਉਹਨਾਂ ਅੱਗੇ ਜੋ ਇਲਮ ਅਸਾਂ ਭੇਜਿਆ ਤੇਰੇ ਵੱਲ, ਤਾਂ ਉਹ ਨਹੀਂ ਮੰਨਦੇ ਅੱਲਾ ਰਹਿਮਾਨ ਨੂੰ। ਤੂੰ ਆਖ ਉਹ ਰੱਬ ਹੈ ਮੇਰਾ, ਕੋਈ ਪੂਜਾ ਦੇ ਲਾਇਕ ਨਹੀਂ ਬਾਜ ਉਹਦੇ, ਉਸੇ ਉੱਤੇ ਮੈਂ ਭਰੋਸਾ ਕੀਤਾ ਤੇ ਉਸੇ ਵਾਲੇ ਮੁੜਨਾ ਮੇਰਾ। ਤੇ ਜੇ ਕਦੇ ਐਸਾ ਹੁੰਦਾ ਕੋਈ ਕੁਰਾਨ ਜੋ ਤੁਰ ਪੈਂਦੇ ਉਹਦੇ ਸਬੱਬੋਂ ਪਹਾੜ, ਜਾਂ ਪਾਟ ਜਾਂਦੀ ਉਹਦੇ ਸਬੱਬੋਂ ਜ਼ਮੀਨ, ਜਾਂ ਕੂਹ ਪੈਂਦੇ ਉਹਦੇ ਸਬੱਬੋਂ ਮੁਰਦੇ,
ਇਹ ਨਿਸ਼ਾਨੀਆਂ ਵਿਖਾ ਦੇਣਾ ਕੁਝ ਮੁਸ਼ਕਿਲ ਨਹੀਂ ਸੀ, ਸਗੋਂ ਅੱਲਾ ਹੀ ਦੇ ਹੱਥ ਗੱਲ ਸਾਰੀ ਕਿਉਂ ਫਿਰ ਮਲੂਮ ਨਹੀਂ ਕੀਤਾ, ਜਿੰਨਾ ਮੰਨਿਆ ਹੈ ਭਾਈ ਜੇ ਕਦੇ ਚਾਹੁੰਦਾ ਅੱਲਾ ਤਾਂ ਰਾਹ ਪਾਉਂਦਾ ਇਹਨਾਂ ਲੋਕਾਂ ਸਾਰਿਆਂ ਨੂੰ, ਅਤੇ ਹਮੇਸ਼ਾ ਪਹੁੰਚਦਾ ਰਹੇਗਾ ਬੇਈਮਾਨਾਂ ਨੂੰ ਆਪਣੇ ਕੀਤੇ ਦੇ ਬਦਲੇ ਅਜ਼ਾਬ, ਜਾਂ ਉਸਦੇ ਨੇੜੇ ਉਹਨਾਂ ਦੇ ਘਰਾਂ ਦੇ ਜਦ ਤੀਕ ਪੂਰਾ ਨਾ ਹੋਏ ਵਾਦਾ ਅੱਲਾ ਦਾ। ਅੱਲਾ ਜ਼ਰੂਰ ਖਿਲਾਫ ਨਹੀਂ ਕਰਦਾ ਵਾਅਦੇ ਦਾ, ਅਤੇ ਜ਼ਰੂਰ ਠੱਠਾ ਹੋ ਚੁੱਕਾ ਕਈ ਪੈਗੰਬਰਾਂ ਨਾਲ ਪਹਿਲੇ ਤੇਰੇ, ਫਿਰ ਢਿੱਲ ਦਿੱਤੀ ਏ ਬੇਈਮਾਨਾਂ ਨੂੰ, ਫਿਰ ਪਕੜਿਆ ਮੈਂ ਉਹਨਾਂ ਨੂੰ, ਫਿਰ ਕਿਹਾ ਕੂ ਹੋਇਆ ਅਜ਼ਾਬ ਮੇਰਾ। ਫਿਰ ਉਹ ਜਿਹੜਾ ਖਲੋਤਾ ਹੈ ਹਰ ਕਿਸੇ ਦੇ ਸਿਰ ਉੱਤੇ ਉਹਦੀ ਕਮਾਈ ਵੇਖਦਾ ਹੈ, ਅਤੇ ਠਹਿਰਾਇਆ ਉਹਨੇ ਅੱਲਾ ਦੇ ਸ਼ਰੀਕ ਹਬੀਬ ਪੁੱਛਨੇ ਭਾਈ ਨਾਮ ਲਓ ਉਹਨਾਂ ਦਾ ਜੇ ਉਹ ਕੌਣ ਕੌਣ ਨੇ, ਭਲਾ ਤੁਸੀਂ ਜਿਤਾਉਂਦੇ ਹੋ ਅੱਲਾ ਨੂੰ ਜੋ ਚੀਜ਼ ਉਹ ਨਹੀਂ ਜਾਣਦਾ ਆਪਣੀ ਜ਼ਮੀਨ ਵਿੱਚ, ਜਾਂ ਉੱਤੋਂ ਉੱਤੋਂ ਦੀ ਗੱਲ ਰੇੜਦੇ ਹੋ। ਸਗੋਂ ਸੋਹਣਾ ਦੱਸਿਆ ਹੈ ਬੇਈਮਾਨਾਂ ਨੂੰ ਉਹਨਾਂ ਦਾ ਮਕਰ, ਅਤੇ ਰੋਕੇ ਗਏ ਨੇ ਰਾਹੋਂ, ਅਤੇ ਜਿਸ ਨੂੰ ਰਾਹੋਂ ਭੁਲਾਏ ਅੱਲਾ ਫਿਰ ਨਹੀਂ ਉਹਨੂੰ ਕੋਈ ਰਾਹ ਪਾਉਣ ਵਾਲਾ। ਉਹਨਾਂ ਲਈ ਅਜ਼ਾਬ ਹੈ ਦੁਨੀਆਂ ਦੀ ਜ਼ਿੰਦਗੀ ਵਿੱਚ, ਅਤੇ ਜ਼ਰੂਰ ਅਜ਼ਾਬ ਆਖਰਤ ਦਾ ਵਧੇਰਾ ਸਖਤ ਹੈ, ਅਤੇ ਨਹੀਂ ਉਹਨਾਂ ਨੂੰ ਅੱਲਾ ਤੋਂ ਕੋਈ ਬਚਾਉਣ ਵਾਲਾ। ਹਾਲ ਬਹਿਸ਼ਤ ਦਾ ਜਿਸ ਦਾ ਵਾਅਦਾ ਮਿਲਿਆ ਬਚਣ ਵਾਲਿਆਂ ਨੂੰ, ਵਗਦੀਆਂ ਨੇ ਹੇਠ ਉਹਦੇ ਨਹਿਰਾਂ, ਫਲ ਉਸ ਦਾ ਸਦਾ ਹੈ ਅਤੇ ਛਾਂ ਵੀ ਉਸ ਦੀ। ਇਹ ਹੀ ਔੜਕ ਬਚਣ ਵਾਲਿਆਂ ਦਾ, ਅਤੇ ਔੜਕ ਬੇਈਮਾਨਾਂ ਦਾ ਅੱਗ ਹੈ। ਹਬੀਬ ਤੇ ਜਿਨ੍ਹਾਂ ਨੂੰ ਦਿੱਤੀ ਅਸਾਂ ਕਿਤਾਬ ਪਹਿਲੇ, ਉਹ ਖੁਸ਼ ਹੁੰਦੇ ਨੇ ਉਸ ਨਾਲ ਜੋ ਉਤਰਿਆ ਤੇਰੇ ਵੱਲ, ਅਤੇ ਟੋਲਿਆਂ ਵਿੱਚੋਂ ਉਹ ਵੀ ਹੈ ਜਿਹੜਾ ਨਹੀਂ ਮੰਨਦਾ ਕੋਈ ਗੱਲ ਇਸ ਦੀ। ਤੁਸੀਂ ਆਖੋ ਮੈਨੂੰ ਨਿਰਾ ਇਹੋ ਹੁਕਮ ਹੋਇਆ ਜੋ ਮੈਂ ਪੂਜਾਂ ਅੱਲਾ ਨੂੰ, ਅਤੇ ਕਿਸੇ ਨੂੰ ਬਰਾਬਰ ਨਾ ਕਰਾਂ ਉਸ ਨਾਲ, ਉਸੇ ਵੱਲ ਮੈਂ ਸਦਨਾ ਅਤੇ ਉਸੇ ਵੱਲ ਮੇਰਾ ਮੁੜਨਾ। ਅਤੇ ਇਸੇ ਤਰ੍ਹਾਂ ਅਸਾਂ ਉਤਾਰਿਆ ਹੀ ਇਸ ਨੂੰ ਹਦਾਇਤ ਅਰਬੀ ਬੋਲੀ ਵਿੱਚ, ਅਤੇ ਜੇ ਤੂੰ ਤੁਰਿਓ ਉਹਨਾਂ ਦੀ ਚਾਹ ਉੱਤੇ, ਪਿੱਛੇ ਉਸ ਇਲਮ ਦੇ ਜੋ ਪਹੁੰਚ ਚੁੱਕਾ ਤੈਨੂੰ, ਤਾਂ ਨਹੀਂ ਤੇਰਾ ਅੱਲਾ ਤੋਂ ਕੋਈ ਹਮਾਇਤੀ ਅਤੇ ਨਾ ਬਚਾਉਣ ਵਾਲਾ। ਅਤੇ ਜ਼ਰੂਰ ਭੇਜਣੇ ਅਸਾਂ ਪੈਗੰਬਰ ਪਹਿਲੇ ਤੇਰੇ, ਅਤੇ ਦਿੱਤੀਆਂ ਅਸਾਂ ਉਹਨਾਂ ਨੂੰ ਵੀ ਬੀਵੀਆਂ ਅਤੇ ਔਲਾਦ, ਅਤੇ ਕਿਸੇ ਪੈਗੰਬਰ ਦਾ ਕੰਮ ਨਹੀਂ ਸੀ ਜੋ ਲਿਆਵੇ ਕੋਈ ਨਿਸ਼ਾਨੀ, ਪਰ ਅੱਲਾ ਦੇ ਹੁਕਮ ਨਾਲ ਹਰ ਦੌਰ ਲਈ ਇੱਕ ਲਿਖਤ ਹੈ। ਆ ਦਿੰਦਾ ਅੱਲਾ ਜੋ ਲਿਖਤ ਚਾਹੇ, ਅਤੇ ਰਹਿਣ ਦਿੰਦਾ ਜੋ ਚਾਹੇ, ਅਤੇ ਉਹਦਾ ਹੀ ਕੋਲ ਹੈ ਅਸਲ ਕਿਤਾਬ। ਜੇ ਵਿਖਾਈ ਅਸੀਂ ਤੈਨੂੰ ਕੁਝ ਉਸ ਅਜ਼ਾਬ ਵਿੱਚੋਂ ਜਿਸ ਦਾ ਅਸੀਂ ਵਾਅਦਾ ਦਿੰਦੇ ਹਾਂ ਉਹਨਾਂ ਨੂੰ, ਜਾਂ ਫੌਤ ਕਰ ਲਈਏ ਤੈਨੂੰ, ਸੋ ਤੇਰੇ ਜ਼ਿੰਮੇ ਹੈ ਨਿਹਰਾ ਪੈਗਾਮ ਪਹੁੰਚਾਉਣਾ, ਅਤੇ ਸਾਡੇ ਜ਼ਿੰਮੇ ਹੈ ਦੇਖਾ ਲੈਣਾ। ਅਤੇ ਨਹੀਂ ਵੇਖਿਆ ਨੇ ਜੋ ਅਸੀਂ ਚਲੇ ਆਉਂਦੇ ਹਾਂ ਜ਼ਮੀਨ ਉੱਤੇ, ਘਟਾਉਂਦੇ ਉਸ ਨੂੰ ਉਸ ਦੇ ਕਿਨਾਰਿਆਂ ਤੋਂ, ਯਾਨੀ ਇਸਲਾਮ ਦਾ ਮੁਲਕ ਵੱਧ ਜਾਂਦਾ ਹੈ ਅਤੇ ਕੁਫਰ ਦਾ ਘੱਟਦਾ ਜਾਂਦਾ ਹੈ। ਅਤੇ ਅੱਲਾ ਹੁਕਮ ਕਰਦਾ ਹੈ ਨਹੀਂ ਕੋਈ ਮੋੜਨ ਵਾਲਾ ਉਹਦੇ ਹੁਕਮ ਦਾ, ਅਤੇ ਉਹ ਸ਼ਿਤਾਬੀ ਲੇਖਾ ਲੈਣ ਵਾਲਾ ਹੈ। ਜ਼ਰੂਰ ਮਕਰ ਕਰ ਚੁੱਕੇ ਜਿਹੜੇ ਪਹਿਲੇ ਸਨ ਇਹਨਾਂ ਦੇ, ਸੋ ਅੱਲਾ ਹੀ ਦੇ ਕਾਬੂ ਵਿੱਚ ਮਕਰ ਸਾਰਾ, ਜਾਣਦਾ ਹੈ ਜੋ ਖੱਟਦਾ ਹੈ ਹਰ ਜੀ, ਅਤੇ ਹੁਣੇ ਜਾਣਨਗੇ ਬੇਈਮਾਨ ਕਿਸ ਦਾ ਹੁੰਦਾ ਹੈ ਬਖੈਰ ਪਿਛਲਾ ਘਰ। ਅਤੇ ਆਖਦੇ ਨੇ ਜਿਹੜੇ ਬੇਈਮਾਨ ਹੋਏ, ਨਹੀਂ ਹੈ ਤੂੰ ਪੈਗੰਬਰ, ਤੂੰ ਆਖ ਬਤੇਰਾ ਹੈ ਅੱਲਾ ਗਵਾ ਮੇਰੇ ਵਿੱਚ ਅਤੇ ਤੁਸਾਂ ਵਿੱਚ, ਅਤੇ ਹਰ ਉਹ ਸ਼ਖਸ ਜਿਸ ਦੇ ਕੋਲ ਇਲਮ ਹੈ ਕਿਤਾਬ ਦਾ।